ਸਾਡੀ ਸਰ ਇਹ ਹੈ ਜੀ ਮੰਗ ਇਹ ਹੈ ਕਿ ਉਹ ਆਰਡਰ ਵਿਡਰਾਅ ਕੀਤਾ ਜਾਵੇ ਜਿਹੜਾ ਇੰਪਰੂਵਡ ਆਰਡਰ ਹੈ ਨਾ ਜਿਹੜਾ ਕਿ ਮਹੀਨੇ ਵਾਈਜ ਕੀਤਾ ਜਾਵੇ ਵਿਡਰਾਅ ਕੀਤਾ ਜਾਵੇ ਔਰ ਜਿਹੜਾ ਲੰਬੀ ਦਾ ਟੋਟਲ ਜਿਹੜਾ ਇਹ ਸਾਨੂੰ ਮਲੋਟ ਨੂੰ ਦਿੱਤਾ ਜਾਵੇ ਅਤੇ ਜਿੰਨਾ ਤੱਕ ਇਹ ਆਰਡਰ ਵਿਡਰਾਅ ਨਹੀਂ ਹੁੰਦਾ ਬਾਹਰ ਜਿਹੜੀ ਇਹ ਸਟ੍ਰਾਈਕ 'ਤੇ ਰਹੇਗੀ ਅਤੇ ਧਰਨੇ 'ਤੇ ਰਹੇਗੀ ਸਾਡੀ ਓਨਰੇਬਲ ਹਾਈਕੁਆਟਰ ਦੇ ਅੱਗੇ ਵੀ ਅਪੀਲ ਹੈ ਕਿ ਜਿਹੜੀ ਸਾਡੀ ਸੈਸ਼ਨ ਜੱਜ ਸਾਹਿਬ ਨੇ ਐਡਮਿਨਿਸਟ੍ਰੇਟਿਵ ਜੱਜ ਸਾਹਿਬ ਨੂੰ ਦਿੱਤੀ ਹੈ ਰੀਪ੍ਰਜੈਂਟੇਸ਼ਨ ਅਤੇ ਉਹਨਾਂ ਨੇ ਕਹਿੰਦੇ ਆ ਵੀ ਐਡਮਿਨਿਸਟ੍ਰੇਟਿਵ ਕਮੇਟੀ ਨੂੰ ਦੇਤੀ ਹੈ ਉਹਦੇ 'ਤੇ ਜਲਦੀ ਕੋਈ ਫੈਸਲਾ ਕਰਕੇ ਸਾਨੂੰ ਮਤਲਬ ਜੋ ਸਾਡਾ ਬੰਦਾ ਹੱਕ ਹੈ ਉਹ ਦੇ ਦੇਣ ਜਸਟਿਸ ਦੇ ਦੇਣ ਸਾਨੂੰ ਤਾਂ ਕਿ ਅਸੀਂ ਜਿਹੜਾ ਇੱਥੇ ਧਰਨੇ 'ਤੇ ਬੈਠੇ ਹਾਂ ਜਾਂ ਨੋ ਵਰਕ ਡੇ ਦੇ ਤੌਰ ਦੇ ਉੱਤੇ ਅਸੀਂ ਹਰ ਰੋਜ਼ ਸਾਨੂੰ ਕੰਪੈਲ ਕੀਤਾ ਜਾ ਰਿਹਾ ਵੀ ਕੰਮ ਨਾ ਕੀਤਾ ਜਾਵੇ ਉਹਨੂੰ ਅਸੀਂ ਖਤਮ ਕਰੀਏ ਅਤੇ ਤਾਂ ਕਿ ਜਿਹੜਾ ਲਿਟੀਗੈਂਟਸ ਨੂੰ ਅਤੇ ਵਕੀਲਾਂ ਨੂੰ ਵੀ ਆਪਦੇ ਰੋਜ਼ ਦੇ ਕੰਮਕਾਰ ਦੇ ਨਾਲ ਜੋੜੀਏ ਅਤੇ ਨਾਲੇ ਉਹਨਾਂ ਦਾ ਇਨਸਾਫ ਮਿਲੇ ਲਿਟੀਗੈਂਟਸ ਵੀ ਪਰੇਸ਼ਾਨ ਹੋ ਰਹੇ ਆ ਵਕੀਲ ਵੀ ਪਰੇਸ਼ਾਨ ਹੋ ਰਹੇ ਆ ਅਤੇ ਸਾਰੀ ਜਿਹੜੇ ਆ ਇੱਥੋਂ ਦੀ ਆਪਣੇ ਜਿਹੜਾ ਸਿਸਟਮ ਹੈ ਕੋਲੈਪਸ ਹੋ ਰਿਹਾ ਅਤੇ ਉਹਦੇ 'ਤੇ ਹਾਈਕੋਰਟ ਨੂੰ ਆਪਦਾ ਸਖ਼ਤ ਐਕਸ਼ਨ ਲੈ ਕੇ ਆਪਦਾ ਜਲਦੀ ਤੋਂ ਜਲਦੀ ਇਹਦੇ 'ਤੇ ਫੈਸਲਾ ਕਰਕੇ ਅਤੇ ਸਾਡੇ ਹੱਕ 'ਚ ਜੋ ਸਾਡਾ ਸਭ ਵੀ ਆਉਂਦਾ ਸਾਡਾ ਹਿੱਸਾ ਹੈ ਉਹ ਸਾਨੂੰ ਦਿੱਤਾ ਜਾਵੇ ਅਤੇ ਸਾਡਾ ਜਸਟਿਸ ਦਿੱਤਾ ਜਾਵੇ ਜੀ ਅਸੀਂ ਪੈਕਿੰਗ ਜੱਜ ਨੂੰ ਇਹ ਵੀ ਰਿਕੁਐਸਟ ਕਰਦੇ ਹਾਂ ਫੋਰ ਦਿਸ ਨਿਊਜ਼ ਅਤੇ ਉਹ ਇੱਥੇ ਆਉਣ ਹੀ ਸ਼ੁੱਡ ਵਿਜਿਟ ਮਲੋਟ ਐਂਡ ਸ਼ੁੱਡ ਹੀਅਰ ਦੀ ਆਰਗੂਮੈਂਟਸ ਆਫ ਬੋਥ ਸਾਈਡ ਆਫ ਗਿੱਦੜਵਾ ਐਜ ਵੈਲ ਐਜ਼ ਮਲੋਟ ਐਂਡ ਡਿਸਾਈਡ ਦੀ ਕੇਸ ਲਾਈਕ ਏ ਜੁਡੀਸ਼ਲ ਕੇਸ ਦੋ ਇਟ ਇਜ਼ ਨਾਟ ਐਡਮਿਨਿਸਟ੍ਰੇਟਿਵ ਮੈਟਰ ਬਟ ਇਟ ਸ਼ੁੱਡ ਬੀ ਡਿਸਾਈਡਿਡ ਐਜ਼ ਏ ਜੁਡੀਸ਼ਲ ਕੇਸ ਜਸਟ ਫਾਰ ਦੀ ਬੈਨੀਫਿਟ ਆਫ ਦੀ ਕਲਾਇੰਟਸ ਆਪਣੇ ਲਿਟੀਗੈਂਟਸ ਸੋ ਦੈਟ ਪ੍ਰੋਸੀਡਿੰਗ ਸ਼ੁੱਡ ਨਾਟ ਸਟੈਂਡ ਸਟਿਲ ਐਂਡ ਸ਼ੁੱਡ ਕੰਟੀਨਿਊ ਇਨ ਅ ਨੋਰਮਲ ਵੇ ਸਾਡੀ ਬਾਰ ਐਸੋਸੀਏਸ਼ਨ ਮਲੋਟ ਜਿਹੜੀ ਹੈ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ 27/9/23 ਨੂੰ ਫੈਸਲਾ ਕੀਤਾ ਸੀ ਕਿ ਲੰਬੀ ਥਾਣੇ ਦਾ ਕੰਮ ਜੋ ਪਹਿਲਾਂ ਇਲਾਕਾ ਮਜਿਸਟਰੇਟ ਮਲੋਟ ਦੇਖਦਾ ਸੀ ਕਿ ਉਹਦਾ ਇਲਾਕਾ ਮਜਿਸਟਰੇਟ ਦਾ ਕੰਮ ਅਤੇ ਕੰਪਲੀਟ ਜਿਹੜਾ ਮਹੀਨੇ ਦਾ ਕੰਮ ਉੱਥੇ ਚੱਲੇਗਾ ਅਤੇ ਮਹੀਨੇ ਦਾ ਕੰਮ ਉਸ ਤੋਂ ਬਾਅਦ ਮਲੋਟ ਚੱਲੇਗਾ ਅਸੀਂ ਉਸਦੇ ਜਿਹੜੇ ਨੇ ਖਿਲਾਫ਼ ਇਹਨਾਂ ਨੂੰ ਆਰਡਰ ਦੇ ਖਿਲਾਫ਼ ਸੈਸ਼ਨ ਜੱਜ ਸਾਹਿਬ ਨੂੰ ਅਤੇ ਧਿਆਨ 'ਚ ਲੈਂਦਾ ਸੀ ਕਿ ਉਸ ਤੋਂ ਪਹਿਲਾਂ ਦੇ ਦੋ ਹੁਕਮ ਸੀ ਜਿਨ੍ਹਾਂ ਵਿੱਚ ਮਾਨਯੋਗ ਚੀਫ ਜਸਟਿਸ ਅਤੇ ਓਨਰੇਬਲ ਜੱਜਿਸ ਆਫ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ ਦਾ ਉਹਨਾਂ ਫੈਸਲਾ ਕੀਤਾ ਕਿ ਇਲਾਕਾ ਮਜਿਸਟਰੇਟ ਦਾ ਕੰਮ ਜਿਹੜਾ ਮਲੋਟ ਦੀ ਅਦਾਲਤ 'ਚ ਹੋਏਗਾ ਔਰ ਚਲਾਨ ਇੱਥੇ ਪੇਸ਼ ਹੋਣਗੇ ਤਾਂ ਉਸ ਤੋਂ ਬਾਅਦ ਸੀ ਜੀ ਐਮ ਸਾਹਿਬ ਉੱਥੇ ਜਿਹੜੇ ਨੇ ਦੋ ਅਦਾਲਤਾਂ 'ਚ ਕੰਮ ਵੰਡਣਗੇ ਔਰ ਇੱਕ ਖਾਸ ਤੌਰ 'ਤੇ ਉਹਨਾਂ ਨੇ ਇੱਕ ਹੁਕਮ ਕੀਤਾ ਸੀ ਕਿ ਸੀ ਜੀ ਐਮ ਸਾਹਿਬ ਜਦੋਂ ਕੰਮ ਦੋ ਅਦਾਲਤ ਸ਼ਹਿਰਾਂ 'ਚ ਵੰਡਣਗੇ ਤਾਂ ਉਸ ਕੇਸ ਨੂੰ ਇਹ ਜ਼ਰੂਰ ਧਿਆਨ 'ਚ ਰੱਖਣਗੇ ਕਿ ਜਿਹੜੇ ਏਰੀਆ ਗਿੱਦੜਵਾ ਦੇ ਨੇੜੇ ਪੈਂਦਾ ਹੈ ਉਹਨਾਂ ਪਿੰਡਾਂ ਦਾ ਹੀ ਕੰਮ ਉੱਥੇ ਦਿੱਤਾ ਜਾਏਗਾ ਲੋਕਾਂ ਦੀ ਸਹੂਲਤ ਨੂੰ ਮੱਦੇ ਰੱਖਣ ਜਿਹੜਾ ਹੁਕਮ ਹੈ 27/9 ਦਾ ਮਾਨਯੋਗ ਸੈਸ਼ਨ ਜੱਜ ਸਾਹਿਬ ਦਾ ਉਸ ਜਿਹੜਾ 2013 ਅਤੇ 21 ਦੇ ਹੁਕਮ ਨੂੰ ਜਿਹੜਾ ਉਹਨਾਂ ਨੇ ਇਗਨੋਰ ਕਰਕੇ ਜਿਹੜਾ ਉਹ ਹੁਕਮ ਕੀਤਾ ਤਾਂ ਅਸੀਂ ਉਹਦੇ ਖਿਲਾਫ਼ ਇਹਨਾਂ ਦੇ ਧਿਆਨ 'ਚ ਲਿਆਂਦਾ ਸੀ ਔਰ ਮਾਨਯੋਗ ਇੰਸਪੈਕਟਿੰਗ ਜੱਜ ਸਾਹਿਬ ਦੇ ਧਿਆਨ 'ਚ ਲਿਆਂਦਾ ਸੀ ਅੱਜ ਫਿਰ ਉਹਨਾਂ ਨੂੰ ਮੇਲ ਕੀਤੀਆਂ ਨੇ ਤਾਂ ਸਾਡੀ ਜਿਹੜੀ ਇਹ ਮੰਗ ਤਾਂ ਇਹ ਹੈ ਕਿ ਲੰਬੀ ਥਾਣਾ ਸਾਡੀ ਸਭ ਦੀ ਲੋੜ ਦਾ ਹਿੱਸਾ ਹੈ ਇਹਦਾ ਮੁਕੰਮਲ ਕੰਮ ਜਿਹੜਾ ਹੈ ਮਲੋਟ ਅਦਾਲਤ 'ਚ ਹੋਣਾ ਚਾਹੀਦਾ ਲੋਕਾਂ ਨੂੰ ਵੀ ਸਹੂਲਤ ਇਸੇ ਗੱਲ ਦੀ ਕਿਉਂਕਿ ਲੰਬੀ ਥਾਣੇ ਦੇ ਲੋਕ ਜਿਹੜੇ ਨੇ ਪਹਿਲਾਂ ਮਲੋਟ ਸ਼ਹਿਰ 'ਚ ਆਉਂਦੇ ਨੇ ਤਾਂ ਫਿਰ ਉਹ ਜੇ ਉਹਨਾਂ ਨੂੰ ਗਿੱਦੜਵਾ ਜਾਣਾ ਪੈਂਦਾ ਤਾਂ ਉਸ ਤੋਂ ਅੱਗੇ ਉਹ ਫਿਰ ਉਹਨਾਂ ਨੂੰ ਵਾਇਆ ਮਲੋਟ ਹੋ ਕੇ ਜਾਣਾ ਪੈਂਦਾ ਤਾਂ ਅਗਲੀ ਸਾਡੀ ਮੰਗ ਹੈ ਵੀ ਜੇ ਤੱਕ ਫੁੱਲ ਹਾਊਸ ਜਾਂ ਮਾਨਯੋਗ ਹਾਈਕੋਰਟ ਫੈਸਲਾ ਨਹੀਂ ਕਰਦੀ ਤਾਂ ਉਸ ਸਮੇਂ ਤੱਕ ਜਿਹੜਾ ਹੈਗਾ ਪੁਰਾਣਾ ਸਿਸਟਮ ਹੈ ਇਲਾਕਾ ਮਜਿਸਟਰੇਟ ਮਲੋਟ ਅਤੇ ਸੀ ਜੀ ਐਮ ਸਾਹਿਬ ਵੱਲੋਂ ਕੰਮ ਦੀ ਵੰਡ ਉਹ ਬਹਾਲ ਕੀਤੀ ਜਾਣੀ ਚਾਹੀਦੀ ਪਰ ਸਾਡੀ ਮੰਗ 'ਤੇ ਜਿਹੜਾ ਅੱਜ ਤੱਕ ਮਾਨਯੋਗ ਸੈਸ਼ਨ ਜੱਜ ਸਾਹਿਬ ਜਾਂ ਆਨਰੇਬਲ ਹਾਈਕੋਰਟ ਨੇ ਕੋਈ ਸਾਨੂੰ ਹਾਂ ਪੱਖੀ ਹੁੰਗਾਰਾ ਦਿੱਤਾ ਅਸੀਂ 3/10/23 ਤੋਂ ਲਗਾਤਾਰ ਹੜਤਾਲ 'ਤੇ ਹਾਂ ਜਿੰਨੀ ਦੇਰ ਤੱਕ ਸਾਡੀ ਮੰਗ ਮੰਨੀ ਨਹੀਂ ਜਾਂਦੀ ਅਸੀਂ ਉੱਨੀ ਦੇਰ ਅਦਾਲਤਾਂ ਦਾ ਮੁਕੰਮਲ ਤੌਰ 'ਤੇ ਬਾਈਕਾਟ ਕਰਾਂਗੇ ਸਾਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਲਿਟੀਗੈਂਟਸ ਨੂੰ ਪਰੇਸ਼ਾਨੀ ਹੁੰਦੀ ਹੈ ਲੋਕ ਪਰੇਸ਼ਾਨ ਹੁੰਦੇ ਨੇ ਜਿਹੜੇ ਲੋਕਾਂ ਨੂੰ ਇਨਸਾਫ ਜਾਂ ਡਿਲੇ ਹੋ ਰਿਹਾ ਅਸੀਂ ਸਾਨੂੰ ਉਸ ਗੱਲ ਦਾ ਅਫਸੋਸ ਵੀ ਹੈ ਪਰ ਅਸੀਂ ਮਾਨਯੋਗ ਓਨਰ ਜਿਹੜੇ ਸੈਸ਼ਨ ਜੱਜ ਸਾਹਿਬ ਅਤੇ ਓਨਰ ਹਾਈਕੋਰਟ ਦੇ ਜੱਜਿਸ ਨੂੰ ਬੇਨਤੀ ਕਰਾਂਗੇ ਕਿ ਸਾਡੀ ਜਿਹੜੀ ਮੰਗ 'ਤੇ ਜਲਦੀ ਗੌਰ ਕਰਕੇ ਇਸਦਾ ਨਿਪਟਾਰਾ ਕੀਤਾ ਜਾਵੇ ਜੀ ਇੱਕ ਦੋ ਦਿਨਾਂ 'ਚ ਕੋਈ ਰਿਸਪੋਂਸ ਨਹੀਂ ਮਿਲਦਾ ਨਵੇਂ ਸੈਕਟਰ ਜੀ
ਨਵੀਂ ਸਟ੍ਰੈਟਜੀ ਤਾਂ ਇਹੀ ਹੈ ਜੀ ਸਾਡਾ, ਅਸੀਂ ਰਿਪ੍ਰੈਜੈਂਟੇਸ਼ਨ ਜਿਹੜੀ ਹੈ ਨਵੇਂ ਜਿਹੜੇ ਦੁਬਾਰਾ ਫਿਰ ਦਿਆਂਗੇ ਉਹਨੂੰ ਮਿਲਾਂਗੇ, ਤਾਂ ਇਹ ਸਾਡਾ ਜਿਹੜਾ ਸੰਘਰਸ਼ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ।